ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਉਮੀਦ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੁਲਿਸ ਦੀ ਭਰਤੀ ਨੂੰ ਲੈ ਕੇ ਆ ਚੁੱਕਾ ਹੈ ਸਵਾ ਲੱਖ ਪੁਲਿਸ ਦੀਆਂ ਭਰਤੀ ਦੇ ਬਾਰੇ ਵਿੱਚ ਅਪਡੇਟ ਹੈ ਕਿ ਉਹ ਅਪਡੇਟ ਹੋਣ ਵਾਲਾ ਹੈ ਕਿਹਦੇ ਕਿਹੜੇ ਕੈਂਡੀਡੇਟ ਉੱਚ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਸੋ ਤੁਸੀਂ ਕਦੋਂ ਤੋਂ ਉਹਦੇ ਲਈ ਅਪਲਾਈ ਕਰ ਪਾਉਗੇ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਦੇਵਾਂਗਾ सो भीडो ने एंड तक पूरा जरूर देखियो फर्स्ट टाइम तुम्हें साज्डे चैनल पर आ रहे हो तो चैनल में कर लियो सबसक्राइब और बैलआइन भी दबा लियो ताकि हर एक रिक्रूटमेंट अपडेट तुम्हारे मोबाइल देव मिलता रहे तो समा रहा तुम्हें अपलाई कर पाओ वेकेंसी की गल करा होर बहुत सारे वेकेंसीज ने जिन्होंने अपलाई कर सौ ऑल इंडिया की जिदली गूगल जाके टाइप करोगे मीत अैकडमी डॉट एक्स वाई एज और फर्स्ट नंबर पर तहत साइड वैबसाइट डी डी जी मिल जाएगी उतो तुम सिंपली क्लिक करोगे वैबसाइट ओपन हो जाएगी हर एक तरह के अपडेट तुम उत्तो लै सद चाहे कोई भी अपडेट हो सारे मिल जाएंगे सो चैक ਕੇ ਅਪਲਾਈ ਵੀ ਕਰ पाओगे ਤੁਸੀਂ ਬਾਕੀ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਡਾਊਨਲੋਡ ਕਰਕੇ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਨਰ ਨਾਲ ਸ਼ੇਅਰ ਕਰਦਾ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਸ ਭਰਤੀ ਦੇ ਬਾਰੇ ਵਿੱਚ ਇਹ ਭਰਤੀ ਕਿਹੜੇ ਡਿਪਾਰਟਮੈਂਟ ਵੱਲੋਂ ਹੈ ਜੀ ਸੋ ਇਹ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਹੈ ਉਹ ਕੀਤਾ ਗਿਆ ਹੈ ਜੀ CRPF CRPF ਮਤਲਬ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਵੱਲੋਂ ਜਿਹਦੇ ਲਈ 올 ਇੰਡੀਆ ਤੋਂ ਕੈਂਡੀਡੇਟ ਜਿਹੜੇ ਨੇ ਉਹ ਅਪਲਾਈ ਕਰ ਸਕਦੇ ਨੇ ਤੁਸੀਂ 올 ਇੰਡੀਆ ਤੋਂ ਕਿਤੋਂ ਵੀ ਉਹ ਚਾਹੇ ਪੰਜਾਬ, ਚੰਡੀਗੜ੍ਹ, ਹਰਿਆਣਾ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਕਨਸਟੇਬਲ ਜਨਰਲ ਡਿਊਟੀ ਦੀ ਵੈਕੈਂਸੀਸ ਜਿਹੜੀਆਂ ਨੇ ਉਹ ਇਹਦੇ ਲਈ ਆਊਟ ਕੀਤੀਆਂ ਗਈਆਂ ਨੇ ਤੇ ਇਹਦੇ ਲਈ ਤੁਸੀਂ ਸਿਰਫ ਔਰ ਸਿਰਫ ਆਨਲਾਈਨ ਅਪਲਾਈ ਕਰਨਾ ਹੋਵੇਗਾ ਕੋਈ ਵੀ ਅਦਰ ਮੋਡ ਨਹੀਂ ਹੈ ਸਟੈਪ ਬਾਈ ਸਟੈਪ ਲਿਖਿਆ ਹੋਇਆ ਕਿੱਦਾਂ ਅਪਲਾਈ ਕਰਨਾ ਹੈ ਤੁਸੀਂ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਤੁਹਾਡੀ ਜਿਹੜੀ ਪੋਸਟ ਹੈ ਉਹ ਕਿਹੜੀ ਰਹਿਣ ਵਾਲੀ ਹੈ ਤੇ ਇਸ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਨਸਟੇਬਲ ਜਨਰਲ ਡਿਊਟੀ ਦੀ 129929 ਪੋਸਟਾਂ ਦੇ ਬਾਰੇ ਵਿੱਚ ਜਿਹੜਾ ਜੀ ਅਪਡੇਟ ਹੈ ਔਰ ਇਹਦੇ ਲਈ ਆਲਰੇਡੀ ਉਹਨਾਂ ਨੇ ਅਪਡੇਟ ਦਿੱਤਾ ਹੈ ਮੈਂ ਤੁਹਾਨੂੰ ਦਿਖਾਵਾਂਗਾ ਵੀ ਅੱਗੇ ਇਸ ਦੇ ਵਿੱਚ 10th ਪਾਸ ਕੈਂਡੀਡੇਟ ਜਿਹੜੇ ਨੀਓ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਐਪਲੀਕੇਸ਼ਨ ਫੀ ਦੀ ਗੱਲ ਕਰਾਂ ਤਾਂ ਜਨਰਲ ਅਤੇ OBC ਦੇ ਲਈ ਸਿਰਫ ਔਰ ਸਿਰਫ 100 ਰੁਪੀਜ਼ ਹੈ ਬਾਕੀ ਲਈ ਨਿਲ ਹੈ ਕਿਸੇ ਵੀ ਕੈਂਡੀਡੇਟ ਨੂੰ ਕੋਈ ਫੀ ਪੇ ਨਹੀਂ ਕਰਨੀ ਸਿਰਫ 100 ਰੁਪੀਜ਼ ਜਨਰਲ ਅਤੇ OBC ਦੇ ਮੇਲ ਕੈਂਡੀਡੇਟ ਹੀ ਪੇ ਕਰਨਗੇ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵੀ ਸਿਲੈਕਸ਼ਨ ਕਿੱਦਾਂ ਹੋਣੀ ਹੈ ਤੁਹਾਡੀ ਤਾਂ ਸਿਲੈਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਤੁਹਾਡਾ CBT ਇਗਜ਼ਾਮ ਹੋਏਗਾ ਜਿਹੜੇ ਕੈਂਡੀਡੇਟ ਨੂੰ ਕੁਆਲੀਫਾਈ ਕਰਨਗੇ ਉਹ ਆ ਜਾਣਗੇ ਨੈਕਸਟ ਫਿਜ਼ੀਕਲ ਮੈਜ਼ਰਮੈਂਟ ਟੈਸਟ ਦੇ ਵਿੱਚ ਠੀਕ ਹੈ ਜੀ ਜਿਹਨੂੰ ਤੁਸੀਂ PMT ਵੀ ਕਹਿੰਦੇ ਹੋ ਉਸ ਤੋਂ ਬਾਅਦ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਏਗਾ ਜਿਹੜੇ ਕੁਆਲੀਫਾਈ ਕਰਨਗੇ ਉਹ ਜਾਣਗੇ ਮੈਡੀਕਲ ਟੈਸਟ ਦੇ ਲਈ ਔਰ ਉਸ ਤੋਂ ਬਾਅਦ ਡਾਇਰੈਕਟ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਟੈਸਟ ਹੋਏਗਾ ਜਿਸ ਦੇ ਦੋ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਤੁਹਾਡੀ ਔਰ ਉਸ ਦੇ ਬੇਸਿਸ ਤੇ ਤੁਹਾਡੀ ਸੈLECTION ਜਿਹੜੀ ਹੈ ਜੀ ਉਹ ਇਸ ਦੇ ਵਿੱਚ ਹੋਣ ਵਧੀ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰੇ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਕਿ ਤੁਹਾਡਾ ਜਿਹੜਾ CBT ਇਗਜ਼ਾਮ ਹੈ ਉਹਦਾ ਪੈਟਰਨ ਕੀ ਰਹੇਗਾ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੰਗਲਿਸ਼ ਅਤੇ ਹਿੰਦੀ ਇਹਦੇ 20 ਕੁਐਸਚਨ ਰਹਿਣਗੇ ਤੁਹਾਡੇ 40 ਮਾਰਕਸ ਦੇ ਰੀਜ਼ਨਿੰਗ ਦੇ ਤੁਹਾਡੇ 20 ਕੁਐਸਚਨ ਰਹਿਣਗੇ 40 ਮਾਰਕਸ ਦੇ ਜਨਰਲ ਦੇ ਤੁਹਾਡੇ ਜਿਹੜੇ ਜਨਰਲ 40 ਮਾਰਕਸ ਇਸ ਦੇ ਵਿੱਚ ਜਿਹੜੇ ਨੇ ਉਹ ਰਹਿਣ ਵਾਲੇ ਨੇ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਥੇ ਮੈਥ ਦੇ ਤੁਹਾਡੇ 20 ਕੁਐਸਚਨ 40 ਮਾਰਕਸ ਦੇ ਰਹਿਣਗੇ ਟੋਟਲ ਨੰਬਰ ਆਫ ਕੁਐਸਚਨ ਜਿਹੜੇ ਨੇ ਉਹ ਤੁਹਾਡੇ 80 ਰਹਿਣਗੇ ਔਰ 100 160 ਮਾਰਕਸ ਦਾ ਟੋਟਲ ਤੁਹਾਡਾ ਜਿਹੜਾ ਜੀ ਇਹ ਰਹਿਣ ਵਾਲਾ ਹੈ ਜੀ ਤੁਹਾਡਾ ਐਗਜ਼ਾਮ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਹੁਣ ਗੱਲ ਕਰਦੇ ਇਥੇ ਅਪਲੀਕੇਸ਼ਨ ਫੀ ਤੁਹਾਨੂੰ ਆਲਰੇਡੀ ਮੈਂ ਦੱਸ ਚੁੱਕਾ ਹਾਂ ਜੀ ₹100 ਸਿਰਫ ਪੇ ਕਰਨੀ ਹੈ ਤੇ ਏਜ ਲਿਮਿਟ ਜਿਹੜੀ ਹੈ ਜੀ 18 ਤੋਂ ਲੈ ਕੇ 23 ਈਅਰ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਐਪਲਾਈ ਕਰ ਸਕਦੇ ਨੇ ਪਲੱਸ ਇਸ ਦੇ ਵਿੱਚ ਤੁਹਾਨੂੰ ਜਿਹੜੀ ਹੈ ਜ ਕੈਟਾਗਰੀ ਨਹੀਂ ਬਿਲੋਂਗ ਕਰਦੇ ਨੇ ਓਏ ਦੇ ਲਈ ਰਿਜ਼ਰਵ ਕੈਟਾਗਰੀ ਨੂੰ ਜ਼ਰੂਰ ਇੱਥੇ ਏ ਇਲੈਕਸ਼ਨ ਮਿਲੇਗੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਇਸ ਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਤਾਂ ਨੋਟੀਫਿਕੇਸ਼ਨ ਦੇ ਲਈ ਤੁਸੀਂ ਇਹ ਵਾ ਤਾਂ ਤੁਸੀਂ ਜਿਹੜਾ ਲਿੰਕ ਹੈ ਇੱਥੇ ਕਲਿੱਕ ਕਰਨਾ ਹੈ ਤੁਹਾਡੇ ਕੋਲ ਇੱਕ ਪੀਡੀਐਫ ਜਿਹੜੀ ਹੈ ਜੀ ਉਹ ਡਾਊਨਲੋਡ ਹੋ ਜਾਵੇਗੀ ਇਸ ਦੇ ਵਿੱਚ ਇਹ ਪ੍ਰੋਪੋਜ਼ਲ ਹੈ ਜਿਹੜਾ ਕਿ ਭਾਰਤ ਗਜ਼ਟ ਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਹੈ ਠੀਕ ਹੈ ਜੀ ਔਰ ਇਹਦੇ ਵਿੱਚ ਉਹਨਾਂ ਨੇ 129000 ਪੋਸਟਾਂ ਨੂੰ ਜਿਹੜਾ ਉਹ ਇੱਥੇ ਭੇਜਿਆ ਹੈ ਕਿ 129000 ਪੋਸਟਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਪੈਂਡਿੰਗ ਨੇ ਤੇ ਇਹਨਾਂ ਨੂੰ ਕੱਢਿਆ ਜਾਵੇਗਾ ਜਿਸ ਦੇ ਵਿੱਚ ਉਹਨਾਂ ਨੇ ਪੁਰਸ਼ਾਂ ਦੇ ਲਈ 125000 ਔਰ ਪਲੱਸ 4667 ਪੋਸਟਾਂ ਡੀਏ ਨੇ ਔਰ ਮਹਿਲਾ ਦੇ ਲਈ ਨੇ ਸੈਲਰੀ ਵਿੱਚ ਲਿਖੀ ਹੋਈ 6700 ਤੋਂ ਲੈ ਕੇ 69100 ਸੋ ਇਸ ਦੇ ਵਿੱਚ ਹੁਣ ਕੀ ਹੈ ਜੀ ਇਹ ਨੋਟੀਫਿਕੇਸ਼ਨ ਸਿੱਧੀ ਭਰਤੀ ਥਰੂ ਆਊਟ ਹੋਏਗਾ ਕਦੋਂ ਆਊਟ ਹੁੰਦਾ ਨੋਟੀਫਿਕੇਸ਼ਨ ਜਿੱਦਾਂ ਹੀ ਆਊਟ ਹੋਏਗਾ ਮੈਂ ਤੁਹਾਡੇ ਤੱਕ ਪਹੁੰਚਾ ਦਾਂਗਾ ਲੇਕਿਨ ਉਹ ਹਮੇਸ਼ਾ ਪੋਸਟਾਂ ਆਈਆਂ ਨੇ ਜਿਹੜੀਆਂ ਉਹਨਾਂ ਨੇ ਰਾਜ ਸਭਾ ਦੇ ਵਿੱਚ ਪੇਸ਼ ਕੀਤੀਆਂ ਨੇ ਸੋ ਇਹ ਪੋਸਟਾਂ ਜਿਹੜੀਆਂ ਨੇ 129000올 ਇੰਡੀਆ ਦੀਆਂ ਨੇ ਪੰਜਾਬ ਦੇ ਕੈਂਡੀਡੇਟ ਵੀ ਐਲੀਜੀਬਲ ਨੇ ਜ਼ਰੂਰ ਅਪਲਾਈ ਕਰਿਓ ਜਿਹੜੇ ਕੈਂਡੀਡੇਟ ਪੁਲਿਸ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਲਈ ਵੀ ਬਹੁਤ ਵਧੀਆ ਆਪਰਚ्युनिटी ਹੈ ਜੀ ਸੋ ਜਲਦੀ ਨਾਲ ਜਾ ਕੇ ਅਪਲਾਈ ਕਰ ਲੈਣਾ ਤੁਸੀਂ ਜਦੋਂ ਵੀ ਲਿੰਕ ਐਕਟਿਵੇਟ ਹੋਏਗਾ ਮੈਂ ਤੁਹਾਨੂੰ ਸ ਬਹੁਤ ਜਲਦੀ ਦਾ ਨੋਟੀਫਿਕੇਸ਼ਨ ਆਊਟ ਹੋ ਜਾਵੇਗਾ ਜਿੱਦਾਂ ਹੀ ਆਊਟ ਹੋਏਗਾ ਤੁਹਾਨੂੰ ਮੇਰੀ ਵੈਬਸਾਈਟ ਤੋਂ ਅਪਡੇਟ ਮਿਲ ਜਾਏਗਾ ਚੈਨਲ ਦੇ ਥਰੂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਬਸਾਈਟ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਰੇ ਨੋਟੀਫਾਈ ਤੁਹਾਨੂੰ ਤੱਕ ਪਹੁੰਚ ਸਕਣ ਇਹ ਸੀਗਾ ਜੀ ਅਜਦਾ ਨੋਟੀਫਿਕੇਸ਼ਨ ਮਿਲਦਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ